ਮੈਂ ਬਾਈ ਸਾਰੇ ਅੱਜ ਆਪਣਾ ਪੰਜਵਾਂ ਵਲੌਗ ਅਤੇ ਹੁਣੀ ਹੁਣੀ ਮੈਂ ਸੌਂਗ ਉੱਠਿਆ ਗਾ ਅਤੇ ਹੁਣ ਆਪਾਂ ਨਹਾ ਧੋ ਕੇ ਤੁਹਾਨੂੰ ਮਿਲਦੇ ਹਾਂ। ਚਲੋ ਬਾਈ ਆਪਾਂ ਨਹਾ ਧੋ ਕੇ ਆ ਚੁੱਕੇ ਹਾਂ ਅਤੇ ਹੁਣ ਆਪਾਂ ਰੋਟੀ ਰੋਟੀ ਖਾਵਾਂਗੇ ਅਤੇ ਫਿਰ ਤੁਹਾਨੂੰ ਮਿਲਦੇ ਹਾਂ। ਖਾਂਦੇ ਹਾਂ ਰੋਟੀ, ਅੱਜ ਬਣਿਆ ਆਲੂ ਮਟਰ ਅਤੇ ਆਲੂ ਮੈਂ ਬਾਹਲੇ ਖਾਂਦਾ ਨਹੀਂ ਅਤੇ ਆਲੂ ਇਸ ਲਈ ਮੈਂ ਪਾਏ ਨਹੀਂ ਵਿੱਚ ਹੀ ਅਤੇ ਖਾਂਦੇ। ਅਤੇ ਬਾਈ ਰੋਟੀ ਖਾ ਲਈ ਹੋਈ ਆ ਅਤੇ ਹੁਣ ਆਪਾਂ ਜਾਵਾਂਗੇ ਟਿਊਸ਼ਨ, ਟਿਊਸ਼ਨ ਨੂੰ ਆ ਕੇ ਤੁਹਾਨੂੰ ਮਿਲਦੇ ਹਾਂ। ਜਿਹੜੇ ਕੰਮ ਗਏ ਸੀਗੇ ਤੇ ਉੱਥੇ ਯਾਰ ਅਸੀਂ ਵੀਡੀਓ ਤਾਂ ਨਹੀਂ ਬਣਾਈ ਤੇ ਕਿਉਂਕਿ ਆਊਟ ਏਅਰ ਲਾ ਦਿੱਤਾ ਹਾਲੇ ਵੀਡੀਓ ਆਪਾਂ ਆਏ ਸੀ ਅੱਜ ਪਾਪਾ ਦੀ ਦੁਕਾਨ 'ਤੇ ਆਏ ਹੋਏ ਹਾਂ ਅਤੇ ਅੱਜ ਅਸੀਂ ਸ਼ਾਮ ਨੂੰ LCD ਲੈ ਕੇ ਆਉਣੀ ਹੈ, ਤੁਹਾਨੂੰ ਉਹ ਵੀ ਦਿਖਾਵਾਂਗੇ। ਚਲੋ ਅਤੇ ਬਾਈ ਆਪਾਂ ਆ ਚੁੱਕੇ ਹਾਂ ਸ਼੍ਰੀ ਪਾਤਸ਼ਾਹ ਸਾਹਿਬ ਅਤੇ ਇੱਥੇ ਮੇਰੇ ਨਾਨੀ ਹੋਰੇ ਆਏ ਹੋਏ ਨੇ ਅਤੇ ਉਹਨਾਂ ਨੂੰ ਅਸੀਂ ਪੱਤ ਸਾਹਿਬ ਦਿਖਾਉਣ ਆਏ ਸੀਗੇ ਅਤੇ ਕੱਲ੍ਹ ਹੀ ਸਾਡੇ ਘਰ ਵੀ ਆਉਣ। ਬਾਈ ਦੁਕਾਨ 'ਤੇ ਆ ਗਏ ਆਪਾਂ ਪੀਵਾਂ ਕੋਕ ਅਤੇ ਆ ਕੁਰਕਰੇ ਵਗੈਰਾ, ਭੁਜੀਆ ਵਗੈਰਾ, ਬਿਸਕੁਟ ਵਗੈਰਾ ਇਹ ਅਤੇ ਇਹ ਖਾ ਕੇ ਅਤੇ ਦੇਖੋ ਬਈ ਮੈਂ ਹੱਥ 'ਚ ਪਾਉਣ ਨੂੰ ਕੜਾ ਵੀ ਲੈ ਲਿਆ ਹੋਇਆ ਦੁਕਾਨ ਤੋਂ ਅਤੇ ਇੱਕ ਆਹ ਘਰ ਸਪੀਕਰ ਲੈ ਕੇ ਚੱਲੇ ਹਾਂ ਗੁਰਬਾਣੀ ਲਾਉਣ ਵਾਸਤੇ। ਦੁਕਾਨ 'ਤੇ ਵੈਸੇ ਹੀ ਪਿਆ ਸੀਗਾ ਅਤੇ ਲਾਉਂਦੇ ਨਹੀਂ ਸੀ ਅਤੇ ਘਰ ਲੈ ਕੇ ਚੱਲੇ ਉਹ ਵੀ ਜਿੰਦਾ ਲਾ ਦਿੱਤਾ ਦੁਕਾਨ ਨੂੰ ਅਤੇ ਹੁਣ ਆਪਾਂ ਚੱਲੇ। ਬਾਈ ਤੁਹਾਨੂੰ ਪਤਾ ਹੀ ਆਪਣੇ ਪੁਰਾਣੀ LCD ਖਰਾਬ ਹੋ ਗਈ ਅਤੇ ਆ ਨਵੀਂ ਲੈਣਾ। ਘਰ ਆ ਚੁੱਕੇ ਹਾਂ ਅਤੇ ਤੁਹਾਨੂੰ ਪਤਾ ਹੀ ਆ ਅਸੀਂ LCDਆਂ ਦੇਖਣ ਗਏ ਸੀ, LCD ਆਪਾਂ ਸਿਲੈਕਟ ਕਰ ਲਈ ਸੀ ਹੁਣ ਥੋੜ੍ਹੇ ਟਾਈਮ ਵਿੱਚ ਆਹ ਚੇਂਜ ਹੋ ਕੇ ਇੱਥੇ ਦੇਖੋ ਕਿੱਡੀ LCD ਵੱਡੀ LCD ਲੱਗ ਗਈ, ਹਾਲੇ ਆਏ ਨਹੀਂ ਉਹ ਅਤੇ ਚਲੋ ਚਲੋ ਵੀ ਆ LCD ਲੱਗ ਚੁੱਕੀ ਆ ਦੇਖ ਸਕਦੇ ਹੋ ਕਿੱਡੀ ਵੱਡੀ LCD ਲੱਗ ਗਈ ਆ, ਉਹਦੇ ਨਾਲ ਤਾਂ ਦੁੱਗਣੀ ਤਿੱਗਣੀ ਆ ਇਹ ਉਹ ਸੀ 22 ਇੰਚੀ ਅਤੇ ਇਹ ਹੈਗੀ ਆ 43 ਇੰਚੀ LCD। ਅੱਜ ਸਬਜ਼ੀ 'ਚ ਹੈਗੀ ਆ ਗੋਭੀ ਅਤੇ ਨਾਲ ਖਾਵਾਂਗੇ ਆਪਾਂ ਰੋਟੀ, ਰੋਟੀ ਖਾ ਕੇ ਤੁਹਾਨੂੰ ਮਿਲਦੇ ਹਾਂ। ਪੈਣ ਲੱਗੇ ਆਪਾਂ ਪੀਂਦੇ ਆ ਸ਼ੇਕ, ਇਹ ਬਨਾਨਾ ਸ਼ੇਕ ਆ, ਐਪਲ ਵੀ ਮਿਕਸ ਆ ਵਿੱਚ ਅਤੇ ਇਹ ਪੀ ਕੇ ਸੌਂ ਜਾਂ। ਵਲੌਗ ਤੁਹਾਨੂੰ ਕਿਵੇਂ ਲੱਗੇ ਕਮੈਂਟ ਵਿੱਚ ਜ਼ਰੂਰ ਦੱਸਿਓ ਅਤੇ ਵੀਡੀਓ ਨੂੰ ਲਾਈਕ ਕਰ ਦਿਓ, ਚੈਨਲ ਸਬਸਕ੍ਰਾਈਬ ਕਰ ਦਿਓ। ਥੈਂਕ ਯੂ ਫੋਰ ਵਲੌਗ ਵਾਚਿੰਗ, ਬਾਏ। ਦੇਖੋ ਬਈ ਆਪਣੇ ਬਰਡਸ, ਬਈ ਇਹਨਾਂ ਦਾ ਨਾਮ ਦੱਸੋ ਕਮੈਂਟਾਂ ਵਿੱਚ ਕੀ ਰੱਖੀਏ।